ਚੈਨਲ ਆਏ ਪੰਜਾਬ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਜ਼ਿਲ੍ਹਾ ਪ੍ਰੀਸ਼ਦ ਜ਼ੋਨ ਦੁਦਨਸਾਦਾ ਤੋਂ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਸਵਾਈ ਸਿੰਘ ਵਾਲਾ ਨੇ ਕਾਂਗਰਸੀ ਆਗੂ ਹਰਿੰਦਰਪਾਲ ਸਿੰਘ ਹੈਰੀਮਾਨ ਤੇ ਵਰਦਿਆਂ ਕਿਹਾ ਹੈ ਕਿ ਇਹ ਧਾੜਨੀਆਂ ਦਾ ਟੋਲਾ ਸਮਾਣੇ ਤੋਂ ਆਇਆ ਹੈ ਅਤੇ ਸਮਾਣੇ ਤੋਂ ਆਏ ਇਸ ਕਾਂਗਰਸੀ ਆਗੂ ਨੂੰ ਸਨੌਰ ਹਲਕੇ 'ਚ ਕੋਈ ਪੀਏ ਪਸੰਦ ਨਹੀਂ ਆਇਆ। ਉਹ ਆਪਣਾ ਪੀਏ ਵੀ ਸਮਾਣੇ ਤੋਂ ਲੈ ਕੇ ਆਇਆ ਹੈ। ਪ੍ਰੇਮ ਸਿੰਘ ਸਵਾਈ ਸਿੰਘ ਵਾਲਾ ਨੇ ਕਿਹਾ ਹੈ ਕਿ ਹਲਕਾ ਸਨੌਰ 'ਚ ਕਾਂਗਰਸ ਦੇ ਚੰਗੇ ਚੰਗੇ ਲੀਡਰ ਹਨ, ਪਰ ਕਾਂਗਰਸ ਨੇ ਧਾੜਨੀਆਂ ਦਾ ਟੋਲਾ ਸਨੌਰ 'ਚ ਭੇਜ ਦਿੱਤਾ ਹੈ। ਅਕਾਲੀ ਆਗੂ ਵੱਲੋਂ ਇਹ ਦੋਸ਼ ਪਿੰਡ ਰੁੜਕੀ ਵਿਖੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਲਗਾਏ ਗਏ। ਪ੍ਰੇਮ ਸਿੰਘ ਸਵਾਈ ਸਿੰਘ ਵਾਲਾ ਵੱਲੋਂ ਚੋਣ ਪ੍ਰਚਾਰ ਬੜੇ ਜ਼ੋਰ ਸ਼ੋਰ ਨਾਲ ਕੀਤਾ ਜਾ ਰਿਹਾ ਹੈ ਅਤੇ ਉਹ ਬੜੇ ਉਤਸ਼ਾਹ ਵਿੱਚ ਨਜ਼ਰ ਆ ਰਹੇ ਹਨ। ਤੇ ਦੂਜੇ ਪਾਸੇ ਇੱਕ ਧਾੜਨੀਆਂ ਦਾ ਟੋਲਾ ਸਮਾਣੇ ਤੋਂ ਉੱਠ ਕੇ ਸਾਡੇ ਹਲਕੇ ਦੇ ਵਿੱਚ ਆ ਕੇ ਜੋ ਤੁਹਾਨੂੰ ਪਤਾ ਹੀ ਆ ਕੀ ਹਾਲਾਤ ਕੀਤੇ ਪਏ ਆ, ਉਹ ਆਪਣਾ ਪੀਏ ਵੀ ਸਮਾਣੇ ਤੋਂ ਲੈ ਕੇ ਆਇਆ। ਮਤਲਬ ਪੂਰਾ ਸਮਾਨ ਹਲਕੇ ਜੋ ਸਾਡੀ ਜਨਤਾ ਜੋ ਨੂੰ ਇੱਕ ਪੀਏ ਵੀ ਪਸੰਦ ਨਹੀਂ ਆਇਆ, ਵਧੀਆ ਨਹੀਂ ਲੱਗਿਆ। ਕਿੱਡੇ ਕਿੱਡੇ ਕਾਂਗਰਸੀ ਲੀਡਰ ਆ ਜਿਹੜੇ ਸਿਆਣੇ ਵੀ ਆ, ਸੂਝਵਾਨ ਵੀ, ਪੜ੍ਹੇ ਲਿਖੇ, ਪਰ ਉਹਨੇ ਪੀਏ ਲਿਆਉਂਦਾ ਸਮਾਣੇ ਤੋਂ। ਵਿਧਾਨ ਸਭਾ ਦੀ ਟਿਕਟ ਬਾਹਰ ਦੇ ਬੰਦੇ ਨੂੰ ਦੇਤੀ ਸਾਡੇ ਹਲਕੇ ਨੂੰ, ਪਹਿਲਾਂ ਇੰਨੀਆਂ ਵਧੀਆ ਸ਼ਾਸਤਰਾਂ ਰਹੇ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਨੀ ਮਾਜਰਾ, ਸਰਦਾਰ ਲਾਲ ਸਿੰਘ ਕਾਂਗਰਸਰ ਨੂੰ ਰਹੇ, ਪਰ ਇਹੋ ਜਿਹੇ ਹਾਲਾਤ ਦੇਵੀਗੜ੍ਹ ਤੋਂ ਜਸਪ੍ਰੀਤ ਸਿੰਘ ਦੇ ਨਾਲ ਰਜਿੰਦਰ ਸਿੰਘ ਮੋਜੀ ਦੀ ਰਿਪੋਰਟ।